महाराज के पावन बचन ने कि धन सो राग सुरंगड़े अलापत तिख जाए कि वह राग गाने धन ने मुबारक ने सच्चे पातशाह की कृपा के नाल जिहड़े गाउण दे नाल जिहड़ी साडी तृष्णा मुकदी है ये बख्शिश है प्रबंधक कमेटी तो महाराज ने सेवा ली है कि जिहड़ा राग दरबार क्योंकि ये जिहड़े राग ने ये गुरु नानक साहब की विरासत ने जिहड़ी विसरदी जा रही है धन गुरु नानक देव महाराज उन्हां दी विरासत है राग ते राग गाउणे ये महाराज ही कृपा करन ते गवा सकदे ने ये कोई किसी इंसान दे वस दी उपज गल नहीं है क्योंकि जदों उस्ताद लोकां दे कोलों बैठीए वह कहिंदे ने कि एक जन्म दे विच एक राग भी गाया जाए एक राग समझ आ जाए गाउणा आ जाए उन्ना ही बहुत है सो राग ये महाराज कृपा करन आप सब संगत असीस बख्शो कि गुरु साहब कित कृपा करन ते राग जिहड़े निभा सकीए आओ जितना समा हुक्म होया सारी गुरबाणी दे नाल जुड़ना करिए Thank you.
आपे है रत्न जवाहर माला।
Money.
महाराज के अंदर रागमाला दे विच रागनिया दे विच दर्ज है। यह भैरव राग की रागनी है जो महाराज ने अंकित की है। तो पुरातन समय दे विच इस राग का नाम उपंगी आया है, जिहड़ा गुरु गोबिंद सिंह महाराज की जदों असीं कलम विच लिखित जिहड़े राग देखते हैं तो उत्थे भैरवी का नाम गुरु गोबिंद सिंह महाराज जी ने उपंगी लिखा है। एक सिमर प्यार
ਸਮਾਪਤੀ ਦਾ ਸਮਾਂ ਦੱਸ ਰਿਹਾ ਵੀ ਜਿੰਨਾ ਦੇਰ ਹੁਕਮ ਹੋਇਆ ਸੀ ਹੋਣ ਵਾਲਾ ਹੈ। ਸੋ ਆਓ, ਇਹ ਥੋੜ੍ਹਾ ਐਸਾ ਰਾਗ ਹੈ ਜਿਹੜਾ ਲਾਈਟ ਵਿੱਚ ਵੀ ਗਾਉਂਦੇ ਆ ਅਤੇ ਇਹਦੇ ਸੁਰ ਜਿਹੜੇ ਨੇ ਇਹ ਸਮਝ ਵਿੱਚ ਆਮ ਆ ਜਾਂਦੇ ਨੇ। ਸੋ ਜਿਤਨਾ ਹੋ ਸਕੇ ਆਓ ਸਾਰੇ ਮਹਾਰਾਜ ਦੇ ਚਰਨਾਂ 'ਚ ਮਿਲ ਕੇ ਹਾਜ਼ਰੀ ਲਵਾਈਏ। ਸਤਿਕਾਰਯੋਗ ਭਾਈ ਬਹਾਦਰ ਸਿੰਘ ਜੀ ਪਹੁੰਚ ਚੁੱਕੇ ਨੇ, ਕੋਈ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਮੇਲ ਹੋ ਗਏ, ਅਸੀਂ ਇਕੱਠੇ ਪੜ੍ਹੇ ਹਾਂ, ਮੇਰੇ ਜੂਨੀਅਰ ਸੀਗੇ ਛੋਟਾ ਵੀਰ ਮੇਰਾ। ਸੋ ਆਓ, ਉਹਨਾਂ ਦੀ ਵੀ ਹਾਜ਼ਰੀ ਹੈ ਅਤੇ ਸਾਰੇ ਕਰੋ ਰਸਨਾ ਪਵਿੱਤਰ ਸਾਰੇ ਹਾਜ਼ਰੀ ਲਵਾਈਏ। ਨਮਸਕਾਰ, ਨਮਸਕਾਰ।
ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ।
ਇਸੇ ਤਰ੍ਹਾਂ ਜਿਹੜੀ ਪ੍ਰਬੰਧਕ ਕਮੇਟੀ ਰਾਗ ਦਰਬਾਰ ਇਹ ਜਿਹੜੀ ਸੇਵਾ ਲੈਂਦੇ ਰਹਿਣ ਤਾਂ ਜੋ ਜਿਹੜੀ ਇਹ ਗੁਰੂ ਨਾਨਕ ਦੀ ਵਿਰਾਸਤ ਹੈ ਬਚੀ ਰਹੇ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਗੁਰੂ ਕੇ ਕੀਰਤਨੀਏ ਨੇ ਜਦੋਂ ਸੰਗਤ ਰਾਗ ਸੁਣਨ ਵਾਲੀ ਹੋਵੇ ਅਤੇ ਤਾਂ ਹੀ ਜਿਹੜੇ ਗੁਰੂ ਕੇ ਕੀਰਤਨੀਏ ਆ ਉਹ ਰਾਗਾਂ ਵੱਲ ਹੋ ਸਕਦੇ ਨੇ ਕਿਉਂਕਿ ਹੁਣ ਦੇ ਸਮੇਂ 'ਚ ਜੇ ਰਾਗ ਵਿਦਿਆ ਜਾਂ ਰਾਗਾਂ ਦੇ ਵਿੱਚ ਕੀਰਤਨ ਥੋੜ੍ਹਾ ਘੱਟ ਰਿਹਾ ਹੈ ਉਹ ਇਸ ਕਰਕੇ ਵੀ ਹੁੰਦਾ ਹੈ ਕਿ ਸੰਗਤ ਕਈ ਵਾਰੀ ਰਾਗ ਸੁਣਦੀ ਨਹੀਂ ਅਤੇ ਇਹ ਸੋਝੀ ਮਹਾਰਾਜ ਨੇ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ ਕਿ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਹ ਜਿਹੜੇ ਮੋਹਤਵਾਰ ਬੰਦੇ ਨੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਹੋ ਗਈਆਂ ਜਿਹੜੇ ਵੀ ਮੋਹਤਵਾਰ ਬੰਦੇ ਨੇ ਇਹ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਇੱਦਾਂ ਰਾਗ ਦਰਬਾਰ ਕਰਵਾਉਣ ਤਾਂ ਜੋ ਸੰਗਤ ਦੇ ਵਿੱਚ ਵੀ ਰਾਗਾਂ ਦੇ ਪ੍ਰਤੀ ਉਤਸ਼ਾਹ ਪੈਦਾ ਹੋਵੇ ਅਤੇ ਇਸੇ ਤਰ੍ਹਾਂ ਜਿਹੜੀ ਰਾਗ ਵਿਦਿਆ ਬਚੀ ਰਹੇ ਮਹਾਰਾਜ ਕਿਰਪਾ ਕਰਨ ਆਪ ਅਸੀਸ ਬਖਸ਼ੋ ਕਿ ਗੁਰੂ ਸਾਹਿਬ ਕਿਤੇ ਇਸੇ ਤਰ੍ਹਾਂ ਸੁਰ ਦੀ ਦਾਤ ਬਖਸ਼ਣ ਜਿਹੜੀਆਂ ਅੱਜ ਗਲਤੀਆਂ ਹੋਈਆਂ ਨੇ ਸੁਰਾਂ ਦੇ ਉਤਾਰ ਚੜ੍ਹਾਅ ਹੋਏ ਨੇ ਸੁਰ ਉਤਰੇ ਨੇ ਸੁਰ ਚੜ੍ਹੇ ਨੇ ਸਾਧ ਸੰਗਤ ਬਖਸ਼ਣ ਯੋਗ ਹੈ ਸੋ ਹੁਣ ਜਿਹੜਾ ਅਗਲਾ ਸਮਾਂ ਪ੍ਰਬੰਧਕ ਵੀਰ ਦੱਸਣਗੇ ਸੋ ਆਓ ਇੱਥੇ ਸਮਾਪਤੀ ਹੈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੋਰ ਸ਼ਤ ਨਿਹਚਲ ਚੋਰ ਸ਼ਤ ਹੌਲੀ ਵੀਰ ਵੱਡਾ ਪਾਰ ਤੇਰਾ ਮਰਤਬਾ ਸੁਖ ਜਾਣ ਲਾ ਸੁਖ ਤੇਰਾ ਬਸ ਮੇਰਾ ਕਰਦਾ ਤੇਰੇ ਘਰ ਰੰਗ ਵਧਾਈ ਦੁੱਧ ਕਰ ਮਾਂ ਮਾਤਾ ਦੇ ਆਪਣੇ ਆਪ ਜਰ ਸਰਬ ਤਲਾ ਪਰਪੂਰ ਦੀ ਸੰਗਤ ਕਥਾ ਨਾਨਕ ਦਾਸ ਦਾਸ ਦੁਨੀਆ ਜਾਣ ਲਾ ਸਭ ਕੁਛ ਤੇਰੇ ਬਸ ਤੇਰਾ ਪਰਪਰਾ ਤੇਰੇ ਕਰ ਆਨੰਦ ਪਏ ਤੁਧ ਕਰ ਮਾਨ ਮਹਤਾ ਤੇਜ ਆਪਣਾ ਆਪ ਜਾਏ ਸਰਬ ਕਲਾ ਪਰਪੂਰ ਦਿਸੈ ਜਤ ਕਥਾ ਨਾਨਕ ਦਾਸ ਦਾਸ ਤੁਧ ਆ ਕੇ ਬਿਨ ਬਤਾ ਸਲੋ ਮਾਤਾ ਦਰਦ ਮਹਤ ਦੁਖ ਸੁਰਾਤ ਦੋਏ ਤਾਈ ਦਾਇਆ ਖਿਲੇ ਸਗਲ ਜਗਤ ਚੰਗਿਆਇਆ ਮੁਰਿਆਇਆ ਵਚ ਤਰ ਮਹਦੂਰ ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਗਏ ਸਤਤਾ ਨਾਨਕ ਦੇਵ ਵਾਹਿਗੁਰੂ ਜੀ ਕਾ